ਸਾਡੇ ਸਮਾਜ ਦੇ ਵਿਚ ਔਰਤਾਂ ਅਤੇ ਬੱਚਿਆਂ ਦੇ ਨਾਲ ਹੋ ਰਹੇ ਅਤਿਆਚਾਰਾਂ ਨੂੰ ਲੈ ਕੇ ਆਏ ਦਿਨ ਹੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਨੇ, ਜਿਨ੍ਹਾਂ ਦੇ ਨਾਲ ਯੌਨ ਸ਼ੋਸ਼ਣ, ਛੇੜਛਾੜ ਅਤੇ ਰੇਪ ਵਰਗੀਆਂ ਘਟਨਾਵਾਂ ਦੇ ਮਾਮਲਿਆਂ ਦੇ ਵਿਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ, ਜੋ ਕਿ ਔਰਤਾਂ ਦੇ ਲਈ ਬਣਾਏ ਗਏ ਕਾਨੂੰਨ ਦੇ ਬਾਅਦ ਵੀ ਬਦਦਸਤੂਰ ਜਾਰੀ ਹੈ। ਕੁਝ ਇਸੇ ਤਰ੍ਹਾਂ ਦਾ ਸਕੂਲ ਦੇ ਵਿਚ ਪੜ੍ਹਨ ਵਾਲੀ ਬੱਚੀ ਦੇ ਨਾਲ ਹੋਏ ਕੁਕਰਮ ਦਾ ਮਾਮਲਾ ਵੀ ਸਾਹਮਣੇ ਆਇਆ ਹੈ, ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਾਮਲ ਵਾਲਾ ਤੋਂ, ਜਿੱਥੇ ਕਿ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਦੀ ਇੱਕ ਘਟਨਾ ਸਰਕਾਰੀ ਸਕੂਲ ਦੇ ਵਿਚ ਪੜ੍ਹਨ ਵਾਲੀ 10ਵੀਂ ਜਮਾਤ ਦੀ ਇੱਕ ਨਾਬਾਲਿਗ ਕੁੜੀ ਨੂੰ ਉਸਦੇ ਹੀ ਪਿੰਡ ਦੇ ਵਿਚ ਰਹਿਣ ਵਾਲੇ ਰਿਸ਼ਤੇ ਦੇ ਵਿਚ ਚਾਚੇ ਨੇ ਉਸ ਨੂੰ ਅਗਵਾ ਕਰਕੇ ਉਸਦੇ ਨਾਲ ਰੇਪ ਵਰਗੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਤੋਂ ਬਾਅਦ ਉਹ ਉਸ ਨੂੰ ਉੱਥੇ ਹੀ ਛੱਡ ਕੇ ਭੱਜ ਆਇਆ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੁਲਿਸ ਇਸ ਮਾਮਲੇ ਦੇ ਵਿਚ ਪੀੜਤ ਪਰਿਵਾਰ ਦਾ ਬਿਲਕੁਲ ਵੀ ਸਾਥ ਨਹੀਂ ਦੇ ਰਹੀ ਹੈ। ਇਸ ਦੇ ਬਾਅਦ ਪੀੜਤ ਕੁੜੀ ਅਤੇ ਉਸਦੇ ਮਾਪੇ ਇਨਸਾਫ਼ ਦੀ ਮੰਗ ਦੇ ਲਈ ਗੁਹਾਰ ਲਗਾ ਰਹੇ ਨੇ। ਪ੍ਰੇਮ ਸਿੰਘ, ਹਾਂ, ਕੀ ਲੜਕੀ ਨਾਲ ਤੁਹਾਡੇ ਬੀਤਿਆ, ਕੀ ਕਿਸ ਤਰ੍ਹਾਂ ਕਲੈਮ ਕੀਤਾ ਗਿਆ? ਮੇਰੀ ਬੇਟੀ ਨਾਬਾਲਗ ਸੀ, ਹਾਂਜੀ, 10ਵੀਂ ਕਲਾਸ ਦੀ ਵਿਦਿਆਰਥਣ ਸੀ, ਕਾਮਲ ਵਾਲੇ ਪਿੰਡ ਸਰਕਾਰੀ ਗਵਰਨਮੈਂਟ ਵਿੱਚ ਪੜ੍ਹਦੀ ਸੀਗੀ। ਹਾਂਜੀ, ਅਮਰਜੀਤ ਸਿੰਘ ਸਾਡੇ ਗਵਾਂਢੀ ਰਹਿੰਦਾ ਹੈ, ਇਹ ਲੜਕੀ ਨੂੰ ਡਰਾ ਧਮਕਾ ਕੇ ਲੈ ਗਿਆ ਅਤੇ ਕਿਤਾਬਾਂ ਕਿਸੇ ਦੁਕਾਨ 'ਤੇ ਸੁੱਟ ਦਿੱਤੀਆਂ ਨੇ ਅਤੇ ਗਾਂ ਕਿਸੇ ਮੁੰਡੇ ਨੂੰ ਮੁਲਾਕਾਤ ਕਰਵਾ ਦਿੱਤੀ, ਗਾਂ ਦੀ ਗਾਂ ਦੇ ਦਿੱਤਾ, ਅਪਰਾਧੀਆਂ ਨੂੰ ਦੇ ਦਿੱਤਾ ਇਹਨੇ। ਉਦੋਂ ਗਾਂ ਜੋ ਕੁਛ ਹੋਇਆ ਬੇਟੀ ਨੇ ਸਾਨੂੰ ਦੱਸਿਆ, ਅੱਗੇ ਸਾਨੂੰ ਇਹਨਾਂ ਗੱਲਾਂ ਬਾਰੇ ਨਹੀਂ ਸੀ ਪਤਾ। ਜੇ ਅਮਰਜੀਤ ਸਿੰਘ ਜੋ ਗੋਰਾ ਸਿੰਘ ਹੈਗਾ ਬਠਿੰਡੇ ਵਾਲੇ ਤੋਂ, ਕੁੜੀ ਸਾਨੂੰ ਬਠਿੰਡੇ ਬਰਾਮਦ ਹੋਈ ਥਾਣੇ ਸਦਰ ਦੇ ਵਿੱਚੋਂ, ਅਤੇ ਇਹਨਾਂ ਦੀ ਪਲੇਨਿੰਗ ਦਾ ਨਹੀਂ ਪਤਾ ਹੈਗਾ ਸਾਨੂੰ, ਇਹਨਾਂ ਨੇ ਕੀ ਬਣਾਈ ਸੀ, ਕੁੜੀ ਨੂੰ ਜਾਂ ਵੇਚਣਾ ਚਾਹੁੰਦੇ ਸੀਗੇ ਅਤੇ ਜਾਂ ਕਿਸੇ ਦੇ ਘਰ ਉਵੇਂ ਸੁੱਟ ਦਿੰਦੇ, ਜਾਂ ਕਿਸੇ ਤਰ੍ਹਾਂ ਸਾਡੇ ਨਾਲ ਪਤਾ ਨਹੀਂ ਕੀ ਇਹਨਾਂ ਧੋਖੇਬਾਜ਼ੀ ਕਰ ਲਈ ਸਾਡੇ ਨਾਲ ਅਤੇ ਸਾਡੀ ਬੇਟੀ ਨਾਲ ਕਿਹੜਾ ਕਾਰਵਾਈ ਕੀਤੀ? ਫਿਰ ਨਹੀਂ ਵੀਰ ਜੀ, ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਕੀ ਮੰਗ ਕੀ ਕਰਦੇ ਹੋ ਤੁਹਾਡੀ ਮੇਨ ਮੰਗ ਕੀ? ਮੇਨ ਸਾਡੀ ਮੰਗ ਇਹੀ ਹੈ, ਜੇ ਅਪਰਾਧੀਆਂ ਨੂੰ ਸਜ਼ਾ ਦਿੱਤੀ ਜਾਵੇ, ਜਿਹੜੇ ਬੰਦੇ ਸਾਡੇ ਸ਼ੱਕ ਦੇ ਦਾਇਰੇ ਵਿੱਚ ਹਨ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਵੇ। ਇਹ ਸ਼ੱਕ ਦੇ ਦਾਇਰੇ ਵਿੱਚ ਆਏ ਨੇ ਸਾਡੇ ਨਾਲ ਜੋ ਬੰਦੇ ਨੇ, ਅਮਰਜੀਤ ਸਿੰਘ ਅਤੇ ਗੋਰਾ ਸਿੰਘ, ਇਹ ਤਾਂ ਪੱਕੇ ਮੁਲਜ਼ਮ ਨੇ ਨਾ। ਇਹ ਅਮਰਜੀਤ ਸਿੰਘ ਥਾਣੇ ਦੇ ਵਿੱਚ ਮੰਨਿਆ ਹੋਇਆ ਜਦੋਂ ਸਖਤੀ ਕੀਤੀ ਗਈ ਹੈ ਇਹਦੇ 'ਤੇ, ਅਤੇ ਅਮਰਜੀਤ ਰਾਹੀਂ ਸਾਨੂੰ ਪਤਾ ਲੱਗਿਆ ਵੀ ਕੁੜੀ ਬਠਿੰਡੇ ਜਾ ਚੁੱਕੀ ਹੈ। ਅਮਰਜੀਤ ਰਾਹੀਂ ਦੀ ਪਲੈਨਿੰਗ ਸੀਗੀ, ਇਹ ਤਾਂ ਅਮਰਜੀਤ ਆਪ ਹੀ ਦੱਸ ਸਕਦਾ ਵੀ ਮੇਰੇ ਨਾਲ ਕਿਹੜਾ ਕਿਹੜਾ ਸ਼ਾਮਲ ਸੀ। ਨਾਮ ਕਰਨਜੀਤ ਕੌਰ ਹੈ, ਮੈਂ 10ਵੀਂ ਕਲਾਸ ਵਿੱਚ ਪੜ੍ਹਦੀ ਸੀ, ਸਰਕਾਰੀ ਗਵਰਨਮੈਂਟ ਸਕੂਲ ਵਿੱਚ ਪੜ੍ਹਦੀ ਸੀ। ਜਦੋਂ ਮੈਂ ਸਵੇਰੇ ਨੌ ਸਕੂਲ ਜਾ ਰਹੀ ਸੀ ਤਾਂ ਅਮਰਜੀਤ ਸਿੰਘ ਜੋ ਕਿ ਮੇਰਾ ਚਾਚਾ ਲੱਗਦਾ ਆ, ਉਹ ਮੈਨੂੰ ਡਰਾ ਧਮਕਾ ਕੇ ਅਤੇ ਮੇਰਾ ਮੂੰਹ ਬੰਨ ਕੇ ਮੈਨੂੰ ਲੈ ਗਿਆ। ਉਸਨੇ ਮੇਰੀਆਂ ਕਿਤਾਬਾਂ ਵੀ ਦੁਕਾਨ ਦੇ ਬਾਹਰ ਹੀ ਸੁੱਟ ਦਿੱਤੀਆਂ। ਉਹ ਮੈਨੂੰ ਬਠਿੰਡੇ ਗੋਰੇ ਦੇ ਕੋਲ ਹਵਾਲੇ ਕਰ ਦਿੱਤਾ। ਮੇਰੇ ਨਾਲ ਅਮਰਜੀਤ ਨੇ ਰੇਪ ਕੀਤਾ, ਫਿਰ ਆਪ ਆ ਗਿਆ ਅਤੇ ਮੈਨੂੰ ਗੋਰੇ ਕੋਲ ਛੱਡ ਦਿੱਤਾ। ਗੋਰੇ ਨੇ ਮੇਰੇ ਨਾਲ ਵੀ ਮੇਰਾ ਰੇਪ ਕੀਤਾ ਅਤੇ ਜਦੋਂ ਰਾਮ ਫਿਰ ਮੇਰੇ ਨਾਲ ਗੋਰੇ ਨੇ ਵੀ ਗਲਤ ਕੰਮ ਕੀਤਾ ਅਤੇ ਨਾਲੇ ਮੇਰੇ ਕੋਲੋਂ 181 ਨੰਬਰ 'ਤੇ ਹੈਲਪਲਾਈਨ ਵਿੱਚ ਦਰਖਾਸਤ ਵੀ ਕਢਵਾਈਆਂ ਮਾਂ ਪਿਓ ਦੇ ਖਿਲਾਫ਼ ਕਿ ਤੇਰੇ ਮਾਂ ਪਿਓ ਤੈਨੂੰ ਮਾਰਨਾ ਚਾਹੁੰਦੇ ਹਨ, ਅਤੇ ਨਾਲ ਹੀ ਮੈਨੂੰ ਡਰਾਉਂਦੇ ਧਮਕਾਉਂਦੇ ਰਹਿ ਕਿ ਜੇ ਤੂੰ ਕਿਸੇ ਨੇ ਆਪਣੇ ਮੰਮਾ ਪਾਪਾ ਨੂੰ ਜਾਂ ਫਿਰ ਤੂੰ ਪੁਲਿਸ ਵਾਲੇ ਕਿਸੇ ਨੂੰ ਵੀ ਦੱਸਿਆ ਤਾਂ ਅਸੀਂ ਤੈਨੂੰ ਮਾਰ ਦੇਵਾਂਗੇ ਅਤੇ ਤੇਰਾ ਪਤਾ ਵੀ ਨਹੀਂ ਚੱਲਣਾ ਕਿ ਤੂੰ ਕਿੱਥੇ ਜਾ ਚੁੱਕੀ ਹੈ। ਅਤੇ ਜਦੋਂ ਮੈਂ ਸਦਰ ਥਾਣੇ ਵਿੱਚੋਂ ਬਰਾਮਦ ਹੋਈ, ਮੇਰੀ ਮੰਮੀ ਪਾਪਾ ਉੱਥੇ ਪਹੁੰਚੇ, ਮੈਂ ਸਦਰ ਥਾਣੇ 'ਚੋਂ ਬਰਾਮਦ ਹੋਈ ਤਾਂ ਮੈਨੂੰ
ਉਹਨਾਂ ਨੇ ਮੰਮੀ ਪਾਪਾ ਉਹਨਾਂ ਨਾਲ ਭੇਜ ਦਿੱਤਾ। ਮੇਰੇ ਮਾਂ ਪਿਓ ਅਨਪੜ੍ਹ ਸੀ, ਉਹਨਾਂ ਨੂੰ ਕੁਝ ਨਹੀਂ ਪਤਾ ਸੀ ਅਤੇ ਪੁਲਿਸ ਨੇ ਸਾਡਾ ਮੈਡੀਕਲ ਵਗੈਰਾ ਵੀ ਨਹੀਂ ਕਰਵਾਇਆ। ਤੁਹਾਡੀ ਹੁਣ ਕੀ ਤੁਹਾਡੇ 'ਤੇ ਕੋਈ ਮਾਮਲਾ ਦਰਜ ਕੀਤਾ ਗਿਆ ਉਹਨਾਂ 'ਤੇ ਜੀ? ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ, ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਸਾਡੀ ਪੁਲਿਸ ਪੈਸੇ ਖਾ ਕੇ ਬੈਠ ਜਾਂਦੀ ਹੈ। ਅੰਗਰੇਜ਼ ਸਿੰਘ ਅਤੇ ਕਸ਼ਮੀਰ ਸਿੰਘ ਵੀ ਇਹਨਾਂ ਦੇ ਨਾਲ ਹੀ ਰਲੇ ਹੋਏ ਹਨ। ਤੁਹਾਡੀ ਹੁਣ ਕੀ ਮੰਗ ਹੈ? ਸਾਡੀ ਇਹ ਮੰਗ ਹੈ ਕਿ ਅਸੀਂ ਇਹ ਕਹਿੰਦੇ ਹਾਂ ਕਿ ਇਹਨਾਂ ਮੇਰਾ ਇਨਸਾਫ ਕੀਤਾ ਜਾਵੇ, ਮੈਨੂੰ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ, ਕਾਨੂੰਨੀ ਤੌਰ 'ਤੇ ਜੋ ਵੀ ਕਾਰਵਾਈ ਬਣਦੀ ਹੈ ਇਹ ਇਹਨਾਂ 'ਤੇ ਕੀਤੀ ਜਾਵੇ। ਅਮਰੀਤ ਕੌਰ, ਲੜਕੀ ਕਿੰਨੀ ਕੌਣ ਹੈ, ਕੀ ਤੁਹਾਨੂੰ ਲੱਗਦੇ ਨੇ? ਮੇਰੀ ਲੜਕੀ ਮੇਰੀ ਬੇਟੀ ਹੈ। ਕਿੰਨੀ ਉਮਰ ਹੁੰਦੀ? 15 ਸਾਲਾਂ ਪੜ੍ਹਦੀ ਕਿੱਥੇ ਸੀ? ਇਹ ਸਰਕਾਰੀ ਸਕੂਲ ਪਿੰਡ ਕਾਂਵਲ ਵਾਲੇ। ਉੱਥੋਂ ਕਿਵੇਂ ਕਿਵੇਂ ਕਿਡਨੈਪਿੰਗ ਹੋਈ ਜੀ? ਕਿਵੇਂ ਇਹਨੂੰ ਲੈ ਰਜਾਇਆ ਗਿਆ? ਪਰ ਕਿਆ ਆ ਗਿਆ? ਰੋਜ਼ਾਨਾ ਸਕੂਲ ਜਾਂਦੀ ਸੀ, 10ਵੀਂ ਕਲਾਸ 'ਚ ਪੜ੍ਹਦੀ ਹੈ। ਅਤੇ ਅਮਰਜੀਤ ਸਿੰਘ ਕੌਣ ਆ? ਕੌਣ ਹੈ ਉਹ? ਸਾਡਾ ਇਹਦਾ ਚਾਚਾ ਗੁੜੀਆ ਦਾ ਲੱਗਦਾ ਸੀ, ਰਿਸ਼ਤੇਦਾਰੀ ਸੀ। ਹਾਂਜੀ। ਅਤੇ ਇਹਨੂੰ ਬਿਠਾ ਲਿਆ, ਉਸਨੇ ਕਿਤਾਬਾਂ ਦੁਕਾਨ 'ਤੇ ਸਾਨੂੰ ਮੋਬਾਈਲਾਂ ਵਾਲੇ ਦੇ ਸੱਟਤੀਆਂ ਅਤੇ ਗਾਂਹ ਲੈ ਗਿਆ। ਪਤਾ ਨਹੀਂ ਗਾਂਹ ਫਿਰ ਸਾਨੂੰ ਸ਼ਾਮ ਨੂੰ ਪੁੱਛ ਪੜਤਾਲ ਕੀਤੀ, ਫਿਰ ਸਾਨੂੰ ਸ਼ੱਕ ਉਹਨੂੰ ਉਹਦੇ 'ਤੇ ਸ਼ੱਕ ਮੁੰਡੇ 'ਤੇ ਹੋ ਗਿਆ, ਉਹਨੂੰ ਅਸੀਂ ਫੜਾਇਆ, ਉਸਨੇ ਮੰਨਿਆ, ਫਿਰ ਸਾਨੂੰ ਉਸ ਸਦਰ ਥਾਣੇ ਵਿੱਚੋਂ ਲੜਕੀ ਬਰਾਮਦ ਹੋਈ। ਪੁਲਿਸ ਨੇ ਕੋਈ ਕਾਰਵਾਈ ਕੀਤੀ? ਨਹੀਂ ਕੀਤੀ, ਉਹਨੇ ਕੋਈ ਕਾਰਵਾਈ ਨਹੀਂ ਕੀਤੀ। ਉਹ ਕਹਿੰਦੇ ਨੇ ਨਹੀਂ ਇਹ ਗੱਲ ਹੈਗੀ, ਕਾਰਵਾਈ ਸਾਡੀ ਨਹੀਂ ਹੋਈ ਕਿਤੇ ਵੀ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਇਹ ਕਹਿੰਦੇ ਹਾਂ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ। ਫਿਰੋਜ਼ਪੁਰ ਤੋਂ ਪੰਕਜ ਕੁਮਾਰ ਦੀ ਰਿਪੋਰਟ।